एक फर्द दा नबीना एक जात दा नबी एक फर्द दा नबीना एक जात दा नबी मेरा नबी ते वल्ला कायनात दा नबी एक फर्द दा नबीना एक जात दा नबी एक फर्द दा नबीना एक जात दा नबी 5 सेकंड हाथ थले नहीं करने जो कहना कायनात दा नबी है जिदा जिदा कायनात दा नबी है 5 सेकंड 5 मिनट नहीं 5 सेकंड मेरा नबी ते वल्ला कायनात दा नबी एक फर्द दा नबीना एक जात दा नबी एक फर्द दा नबीना एक जात दा नबी मैं मतलब पढ़ गया एक फर्द दा नबीना एक जात दा नबी है मेरा नबी ते वल्ला कायनात दा नबी है पहला शेर तुहानू दे रहा तकड़े होना जरा सूरज वे दी मन दे क्या बात है क्या बात है वाह वाह सूरज वे दी मन दे मन दे दी कमर वी सूरज वे दी मन दे दी कमर वी मनना पवेगा दिन ते ए रात दा नबी मेरा नबी ते वल्ला कायनात दा नबी मेरा नबी ते वल्ला कायनात दा नबी तुहाडे मेरे एक लड़ी मुश्तरक है रावी करीब है ते साई वाल दे कोल भी रावी करीब लगता है तुहाडा मेरे दरज गुट्टी एक ही है ते हुण इस लफ्ज़ दी समझ तो नाना ते फिर आपां इलाका बटा लांगे ओ गल एडी है हां फिर उधर चल जांगे दुनिया ते हर किसे दी बोली नु जानदाए सदके या रसूल सदके या रसूल दुनिया ते हर किसे दी बोली नु जानदाए ऐ जरा बोली हुण अपनी समझनी मैं की कह गया पखुआ दा वी नबी पखुआ दा वी नबी हशरात दा नबी मेरा नबी ते वल्ला कायनात दा नबी मेरा नबी ते वल्ला कायनात दा नबी पखुआ दा वी नबी हशरात दा नबी मेरा नबी ते वल्ला कायनात दा नबी जिंदाबाद 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 लबैक लबैक या रसूल अल्लाह लबैक 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 या रसूल नारा पखुआ दा वी नबी है हशरात दा नबी है तीसरा शेर सुनना दरा मक्के दे विच बुत ने 360 बुत पे है एक बुत विच आवाज आ रही है माज़ अल्लाह वो आका दे खिलाफ तकरीर कर रहे हैं बुत विच आवाज आ रही
ਤੇ ਅਬੂ ਜਾਲ ਨੂੰ ਪਤਾ ਚੱਲਿਆ ਤੇ ਉਹਨੇ ਕਿਹਾ ਸਰਕਾਰ ਦੀ ਬਾਰਗਾਹ 'ਚ, ਆਓ ਜੀ ਆਪਣੇ ਕੰਨਾਂ ਨਾਲ ਸੁਣ ਲਓ, ਹੁਣ ਤਾਂ ਸਾਡੇ ਰੱਬ ਵੀ ਬੋਲਣ ਲੱਗ ਪਏ ਨੇ। ਸਰਕਾਰ ਜਦੋਂ ਉਹਦੇ ਸਾਹਮਣੇ ਗਏ ਨਾ ਤੇ ਵਿੱਚੋਂ ਆਵਾਜ਼ ਬਦਲ ਗਈ ਤੇ ਆਉਣ ਲੱਗ ਪਈ ਵੀ ਇਹਦੇ ਜਿਹਾ ਤਾਂ ਸੋਹਣਾ ਹੀ ਕੋਈ ਨਹੀਂ। ਨਾਰਾ ਰਿਸਾਲਾ। ਅਬੂ ਜਲ ਬੜਾ ਪਰੇਸ਼ਾਨ ਹੋਇਆ, ਉਹਨੇ ਉਸ ਬੁੱਤ ਅੱਗੇ ਹੱਥ ਜੋੜੇ, ਉਹ ਕਾਲੀ ਬੂਥੀ ਵਾਲਿਆ ਉਵੇਂ ਹੀ ਕਹਿ ਪੈ ਲਿਆ, ਉਹ ਪਹਿਲਾਂ ਜੁਮਲਾ ਕਲੋ, ਉਹ ਕਿੱਥੇ ਬੋਲੇ। ਸਰਕਾਰ ਮੁਸਕਰਾਏ ਤੇ ਵਾਪਸ ਚਲੇ ਆਏ ਤੇ ਆਪ ਨਾਲ ਇੱਕ ਜਿੰਨ ਨਾਲ ਮੁਲਾਕਾਤ ਹੋਈ, ਜਿੰਨ ਨਾਲ। ਆਪਨੇ ਕਿਹਾ ਤੂੰ ਇੱਧਰ ਕੀ ਕਰ ਰਿਹਾ? ਹਜ਼ੂਰ ਇਹ ਜਿਹੜਾ ਪਹਿਲੇ ਬੋਲ ਰਹੇ ਸੀ ਨਾ ਤੁਹਾਡੇ ਖਿਲਾਫ, ਇਹ ਜਿੰਨ ਸੀ, ਬੋਤਲ 'ਚ ਬਹਿ ਕੇ ਜਿੰਨ ਬੋਲ ਰਿਹਾ ਸੀ। ਉਹ ਮੇਰਾ ਕਜ਼ਨ ਹੈ, ਮੇਰਾ ਪਤਰੇਰ ਜਿੰਨ ਹੈ। ਹਾਂ ਪਤਰੇਰ ਹੈ, ਕਜ਼ਨ ਜਿੰਨ ਹੈ। ਅਤੇ ਮੈਨੂੰ ਪਤਾ ਚੱਲਿਆ ਵੀ ਤੁਹਾਡੇ ਖਿਲਾਫ ਬਕਵਾਸ ਕਰ ਰਿਹਾ, ਅਤੇ ਮੈਂ ਆ ਕੇ ਉਹਨੂੰ ਪਿੱਛੋਂ ਤਲਵਾਰ ਮਾਰੀ, ਉਹਨੂੰ ਵਸਲੇ ਜਨਮ ਕੀਤਾ। ਜਦੋਂ ਤੁਸੀਂ ਆਏ ਉਦੋਂ ਮੈਂ ਬੋਲਣ ਲੱਗ ਪਿਆ ਵਿੱਚ ਬਹਿ ਕੇ। ਕਰੀਮ ਆਕਾ ਯਾ ਰਸੂਲ ਅੱਲਾ। ਮੈਂ ਬੋਲਣਾ, ਹੁਣ ਸ਼ੇਰ ਸੁਣਨਾ ਤੇਰਾ। ਹਾਂ ਮਹਿਦੂਦ ਜਈ ਨਬੂਵਤ ਲੈ ਕੇ ਨਹੀਂ ਆਇਆ, ਮਹਿਦੂਦ ਜਈ ਨਬੂਵਤ ਲੈ ਕੇ ਨਹੀਂ ਆਇਆ। ਹਰ ਬਸ਼ਰ ਦਾ ਨਬੀ, ਹਰ ਬਸ਼ਰ ਦਾ ਨਬੀ, ਜਿੰਨਾਤ ਦਾ ਨਬੀ ਮੇਰਾ ਨਬੀ ਤੇ ਕਾਇਨਾਤ ਦਾ ਨਬੀ, ਮੇਰਾ ਨਬੀ ਤੇ ਵੱਲਾ ਕਾਇਨਾਤ ਦਾ ਨਬੀ। ਆਖਰੀ ਸ਼ੇਰ ਤੋਂ ਪਹਿਲਾ ਸ਼ੇਰ। ਸਹਾਬਾ ਨੇ ਅਰਜ਼ ਕੀਤੀ, ਹਜ਼ੂਰ ਬਾਰਿਸ਼ ਨਹੀਂ ਹੋ ਰਹੀ ਤੇ ਬਾਰਿਸ਼ ਹੋਣੀ ਚਾਹੀਦੀ। ਆਕਾ ਨੇ ਹੱਥ 'ਚ ਉਠਾਏ, ਹਾਲੇ ਵਾਪਸ ਹੱਥ ਨਹੀਂ ਆਏ ਜੇ ਬੱਦਲ ਬਣਿਆ। ਮੈਂ ਜਲਦੀ ਨਾਲ ਜਲਦੀ ਨਾਲ, ਜੜੀ ਜ਼ਰਾ ਲੰਬੀ ਹੋ ਗਈ, 8 ਦਿਨ ਬਸ, ਅਗਲਾ ਜੁਮਾ ਆ ਗਿਆ। ਹੁਣ ਗੁਲਾਮ ਅਰਜ਼ ਕੀਤੀ, ਹਜ਼ੂਰ ਬਾਰਿਸ਼ ਰੁਕ ਜਾਏ ਤਾਂ ਜ਼ਿਆਦਾ ਠੀਕ ਹੈ। ਸਰਕਾਰ ਨੇ ਫਰਮਾਇਆ, ਹਾਂ ਵੀ ਕਿਤੇ ਹੋਰ ਦੇ ਵਸ ਲਓ, ਪਰ ਮਦੀਨਾ ਹੁਣ ਦਰਾ ਵਕਫਾ ਪਾਓ। ਬਦਲ ਟੁਰ ਗਏ। ਐਸ਼ੀਆ ਸੁਣਨਾ ਤੇਰਾ। ਵਸਦੀ ਏ ਘਟਾਵੀ ਇਹਦੇ ਇਸ਼ਾਰਿਆਂ, ਤੁਹਾਡੀ ਸਮਾਤ ਨੂੰ ਵੀ ਸਲੂਟ ਏ। ਵਸਦੀ ਏ ਘਟਾਵੀ ਇਹਦੇ ਇਸ਼ਾਰਿਆਂ ਤੇ, ਬਦਲਾ ਦਾ ਵੀ ਨਬੀ, ਬਦਲਾ ਦਾ ਵੀ ਨਬੀ, ਬਰਸਾਤ ਦਾ ਨਬੀ ਮੇਰਾ ਨਬੀ ਤੇ ਵੱਲਾ ਕਾਇਨਾਤ ਦਾ ਨਬੀ, ਮੇਰਾ ਨਬੀ ਤੇ ਵੱਲਾ ਕਾਇਨਾਤ ਦਾ ਨਬੀ। ਮਕਤਾ, ਮੈਂ ਨਹੀਂ ਕਹਿੰਦਾ ਕਿ ਸਾਰੇ ਨਹੀਂ ਸਮਝਣਗੇ, ਪਰ ਇਹ ਔਖੇ ਸਮਝਣਗੇ। ਤੇਰਾ ਸ਼ੇਰ ਥੋੜ੍ਹਾ ਮੁਸ਼ਕਲ ਹੈ। ਹਾਕਿਮ ਮਜ਼ਲ ਤੋਂ ਹਾਕਿਮ, ਮੇਰਾ ਨਬੀ ਮੇਰਾ ਨਬੀ ਵੱਲਾ। ਫਿਰ ਸਮਝੀਏ, ਹਾਕਿਮ ਮਜ਼ਲ, ਅਗਲਾ ਮਿਸਰਾ ਜ਼ਰਾ ਮੁਸ਼ਕਿਲ ਹੋਣਾ ਹੈ। ਹਾਕਿਮ ਮਜ਼ਲ ਤੋਂ ਹਾਕਿਮ ਮੇਰਾ ਨਬੀ ਵੱਲਾ, ਪਹਿਲਾ ਸਮੀਏ ਕੁੰਦਾ, ਪਹਿਲਾ ਸਮੀਏ ਕੁੰਦਾ, ਉਸ ਨਾਤ ਦਾ ਨਬੀ ਮੇਰਾ ਨਬੀ ਤੇ ਵੱਲਾ ਕਾਇਨਾਤ ਦਾ ਨਬੀ। ਇੱਕ ਫਰਦ ਦਾ ਨਬੀ ਨਾ, ਇੱਕ ਜ਼ਾਤ ਦਾ ਨਬੀ ਮੇਰਾ ਨਬੀ ਤੇ ਵੱਲਾ ਕਾਇਨਾਤ ਦਾ ਨਬੀ। ਇੱਕ ਫਰਦ ਦਾ ਨਬੀ ਨਾ,
एक जात दा नबी